ਅਸਲਾਮ ਅਲੈਕਮ ਦੋਸਤੋ ਮੈਂ ਇਕਬਾਲਾ ਸਾਹਿਬ ਬਾਲਾ ਬਾਲਾ ਜੀ ਅਫੀਸ਼ਲ ਤੇ ਖੁਸ਼ ਆਮਦੀਦ ਤੇ ਜੀ ਦੋਸਤੋ ਚੈਨਲ ਤੇ ਆ ਗਏ ਜੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਜੀ ਦੋਸਤੋ ਅੱਜ ਅਸੀਂ ਇਧਰ ਫੇਰ ਆ ਗਏ ਚਾਚੂ ਜੀ ਦੇ ਕੋਲ ਚਾਚੂ ਜੀ ਕੋਲ ਅੱਜ ਪੁੱਛਣਾ ਕਿ ਚਾਚੂ ਜੀ ਸਾਨੂੰ ਕੀ ਇਧਰ ਸੁਣਾਣਗੇ ਜੀ ਚਾਚੂ ਜੀ ਅੱਜ ਕੀ ਸੁਣਾਓਗੇ ਅਸਲਾਮ ਅਲੈਕਮ ਦੋਸਤੋ ਅੱਜ ਅਸੀਂ ਤੁਹਾਨੂੰ ਖਲੀਫਾਤੁਲ ਰਾਸ਼ਿਦੀਨ ਦੋਮ ਦੀ ਕਹਾਣੀ ਸੁਣਾਵਾਂਗੇ ਇਨਸ਼ਾਅੱਲਾ ਅਦੀਸੇ ਮੁਬਾਰਕਾ ਦੇ ਮੁਤਾਬਕ جو جو انہوں نے اپنی زندگی چے اسلام لئی کیتا جس طرح انہاں دا دور حکومت گزرییا او دے بارے چے اج تانوں سارا کچھ انشاءاللہ تفصیل نال جتنا ہو سکے دساں گے حضرت عمر رضی اللہ تعالی عنہ دوسرے خلیفہ راشدین نے کہ جنہاں نے اپنے دور حکومت دے وچ 22000 مربع میل تے اسلام پھیلایا حضرت عمر جدوں اسلام قبول نہیں کیتا تے اپ صلی اللہ علیہ وسلم نے अल्लाह पाकर अगर दुआ की थी कि या अल्लाह मैं उम्र दे दे दो मतलब बयान किया जाता है कि एक उमर बिन खिताब एक उमर बिन हशाम सी ये उस वक्त के बहादुर तरीन काफर पाए जाते सर अल्लाह के नबी ने अल्लाह के दुआ की अल्लाह ने दुआ कबूल की अगर तम्र इस्लाम लाने पिछे तो बहुत सारिया गलां और बहुत सारे तफसीलात ने लेकिन जो तो अजर तमर ने इस्लाम लिया उस तो पहले आप अलैहि वसल्लम जो तो अपनी इबादत करते या तबलीख करते तो थोड़ा जहा लोग छुप के इस तरह आम खुले अजान नहीं दे सकते नमाज नहीं पढ़ सकते सन अपने दीन का इजहार खुले लफ्जा च नहीं कर सकते सन तो जो तो अजरत उमर ईमान लिया है तो इस तरह छुप के तो नमाज पढ़न लगे अजान तो देन लगे तो, तो उमर ने पूछा कि यह आदरत है की आखिर नमाज पढ़न लगे जी इस तरह लुक् क्यों आख्या मतलब जो गलबा है ना काफर का आज तो आख्या अज तू उम्रे है तो डरन की लड़ नहीं अच्छ बहार चौक के चलो उदो पहली दफा मक्का शरीफ से आ के आख्या कि है बिल चढ़ जाए मके की छत्त मैं खड़ा चौक देखना केफर आता अच्छ मैं रोकना आज तू उम्र उमें तलवार लैके खड़े हो गए तो उस दफा पहली दफा अगर बिलल रसी अल्लाह तला ने मक्की छत चढ़ के यानी मदीने की छत ते चढ़ के अजान दी उ खुलेआम जमात हुई यानी इस्लाम को एक ताकत मिल गई असर तुमर रजी अल्लाह तला एक बड़े बहादुर और जलालीन साहबी सन आप सल वसलम ने बाकी सहाबा मुतलक दुआ नहीं मंगी कि मैं दे दे या मैनू वह साहबी दे देते तुमर दे के मुतक दुआ मंगी कि यह लापाग मैनुता कर दे कि इस्लाम ना उम्र आना जरूरी है ਅਜ਼ਦ ਉਮਰ ਰਜ਼ੀ ਅੱਲਾਹ ਤਾਲਾ ਨੇ ਜਦੋਂ ਖিলাਫਤ ਆਈ ਨਾ ਤੇ ਉਸ ਵਕਤ ਬਹੁਤ ਸਾਰੇ ਕਾਨੂੰਨ ਜੇ ਨਹੀਂ ਸਨ ਬਣੇ ਤੇ ਬਹੁਤ ਸਾਰੇ ਬਣ ਚੁੱਕੇ ਸਨ ਅਜ਼ਦ ਉਮਰ ਰਜ਼ੀ ਅੱਲਾਹ ਤਾਲਾ ਨੇ ਸਭ ਤੋਂ ਪਹਿਲਾ ਇੱਕ ਕੰਮ ਜਿਹੜਾ ਕੀਤਾ ਇਸਲਾਮ ਦੇ ਵਿੱਚ ਬੜਾ ਵੱਡਾ ਨਾਮ ਔਰ ਬੜਾ ਵੱਡਾ ਵਾਧਾ ਹੋਇਆ ਜਿਹਨੂੰ ਉਸ ਵਜ਼ੀਫਾ ਕਹਿੰਦੇ ਆ ਕਿ ਬਾਹਰ ਦੇ ਮੁਲਕਾਂ ਚੱਲਦਾ ਹੈ ਸਾਡੇ ਮੁਲਕ ਵਿੱਚ ਉਹਦਾ ਰਿਵਾਜ ਨਹੀਂ ਹੈ ਜੋ ਕਿ ਪੈਦਾਵਾਰ ਉਹ ਸਾਡੀ ਕਾਨੂੰਨ ਸਾਡੇ ਖਲੀਫਾ ਨੇ ਆਜਾਦ ਕੀਤਾ ਮੁਸਲਮਾਨਾਂ ਨੇ ਕਿ ਬੱਚੇ ਦਾ 2 ਸਾਲ ਦੀ ਉਮਰ ਦੇ ਵਿੱਚ ਵਜ਼ੀਫਾ ਲੱਗ ਗਿਆ ਉਦੋਂ ਮقرਰ ਕੀਤਾ ਗਿਆ 2 ਸਾਲ ਦੀ ਉਮਰ 'ਚ ਵਜ਼ੀਫਾ ਲੱਗ ਗਿਆ ਤੇ ਰਾਤ ਨੂੰ ਗਸ਼ਤ ਕਰਦੇ ਸਨ ਵਕਤ ਤਖਲੀਫਾ ਸਨ ਲੈ ਕੇ ਰਾਤ ਨੂੰ ਗਸ਼ਤ ਕਰਦੇ ਸਨ ਚੌਕੀਦਾਰਾਂ ਤਰ੍ਹਾਂ ਗਲੀਆਂ ਦੇ ਵਿੱਚ ਫਿਰ ਰਹੇ ਨੇ ਤੇ ਇੱਕ ਬਾਂਹ ਹੁਣ ਬੱਚੇ ਨੂੰ ਦੁੱਧ ਪਿਲਾ ਰਹੀ ਹੈ ਤੇ ਨਾਲੇ ਉਹਨੂੰ ਲੜ ਰਹੀ ਹੈ ਵੀ ਬਸ ਹੁਣ ਦੁੱਧ ਛੱਡਣ ਦੀ ਹਜਤ ਪਾ ਮਤਲਬ ਕਿ ਦੁੱਧ ਜਲਦੀ ਤੋਂ ਛੱਡੇਗਾ ਤੇ ਮਤਲਬ 2 ਸਾਲ ਦਾ ਤਸਵਰ ਕੀਤਾ ਜਾਏਗਾ ਤੇ ਤੇਰਾ ਵਜ਼ੀਫਾ ਲੱਗ ਜਾਏਗਾ ਇੰਨੀ ਗੱਲ ਸੁਣੀ ਤਾਂ ਦਿਲ 'ਚ ਸੋਚਿਆ ਕਿ ਹੁਣ ਮਤਲਬ ਹੈ ਕਿ ਮਾਂ ਇੱਕ ਬੱਚੇ ਨੂੰ ਦੁੱਧ ਇਸ ਲਈ ਨਹੀਂ ਦੇ ਰਹੀ ਕਿ ਵੀ ਸਮਝਿਆ ਜਾਏਗਾ ਕਿ ਵੀ ਉਹ ਵੱਡਾ ਹੋ ਗਿਆ ਉਸ ਵਕਤ ਉਸ ਉਮਰ ਨੇ ਵਜ਼ੀਫਾ ਬੱਚੇ ਦਾ ਜਮਦਿਆਂ ਲਾਜ਼ਮ ਕਰ ਰਿਹਾ ਤਾਂ ਜੋ ਅੱਜ ਵੀ ਬਾਹਰ ਦੇ ਮੁਲਕਾਂ 'ਚ ਕਾਨੂੰਨ ਹੈ ਸਾਡੇ ਇੱਥੇ ਜਾਣੇ ਨਹੀਂ ਜਾਂਦਾ ਕਿ ਬੱਚਾ ਪੈਦਾ ਹੁੰਦਾ ਹੈ ਤੇ ਹਕੂਮਤ ਦੀ ਤਰਫੋਂ ਉਹ ਵਜ਼ੀਫਾ ਲੱਗ ਜਾਂਦਾ ਬਾਅਦ ਵਿੱਚ ਬੇਸ਼ੱਕ ਕੱਟ ਲੈਂਦੇ ਨੇ ਉਹ ਟੈਕਸ ਦੀ ਸ਼ੂਰਤ ਜਿਸ ਤਰ੍ਹਾਂ ਵੀ ਉਧਾਰ ਲੈ ਲੈਂਦੇ ਨੇ ਆਪਣਾ ਲੇਕਿਨ ਇਹ ਕਾਨੂੰਨ ਉਹਨਾਂ ਨੇ ਬਣਾ ਲਿਆ ਅਸੀਂ ਨਹੀਂ ਬਣਾਇਆ ਅਜ਼ਰ ਤੁਮਰ ਰਜ਼ੀ ਅੱਲਾਹ ਤਾਲਾ ਨੋ ਦੇ ਇਹ ਵਾਕਿਆ ਤੌਰ ਇੱਕ ਉਹਨਾਂ ਦੀ ਬੜੀ ਖਾਸੀਅਤ ਜਿਹੜੀ ਕਿ ਜਾਣੀ ਜਾਂਦੀ ਸੀ ਇਸਾਈਆਂ ਦੀ ਕਿਤਾਬਾਂ ਦੇ ਵਿੱਚ ਯਹੂਦੀਆਂ ਦੀ ਕਿਤਾਬਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਆਖਰੀ ਨਬੀ ਮੁਹੰਮਦ ਸੱਲੱਲਾਹ ਅਲੈਹ ਵਸੱਲਮ ਆਣਗੇ ਤੇ ਉਹਨਾਂ ਦੇ ਤੋਂ ਬਾਅਦ ਇੱਕ ਵਕਤ ਦਾ ਖਲੀਫਾ ਆਏਗਾ ਉਹਦੇ ਜਿਸਮ ਤੇ ਜਿਹੜੇ ਕਪੜੇ ਪਾਏ ਹੋਣਗੇ ਨਾ ਉਹ ਉਹਨੂੰ 14 ਟਾਂਕੇ ਲੱਗੇ ਹੋਣਗੇ ਵਕਤ ਆਇਆ ਉਸ ਵਕਤ ਉਹਨਾਂ ਨੂੰ ਤਬਲੀਗ ਕਰਨਾ ਸਜਾਣਾ ਸੀ ਮੁਲਾਕਾਤ ਕਰਨਾ ਸੀ ਅਜਾ ਤੁਮਰ ਨੇ ਤਿਆਰੀ ਕੀਤੀ ਗਏ ਆਮ ਸਾਦਾ ਲਿਬਾਸ ਚ ਸਾਦਾ ਸਵਾਰੀ ਉਹਨਾਂ ਦਾ ਕੋਈ ਕੋਈ ਸਿਆਣਾ ਬੰਦਾ ਕਿਤਾਬੀ ਪੜਿਆ ਲਿਖਿਆ ਆਇਆ ਉਹਨੇ ਵੇਖਿਆ ਉਹਨੇ ਕਿਹਾ ਭਈ ਇਹ ਉਹ ਨਹੀਂ ਹੈ ਉਹਨਾਂ ਆਖਿਆ ਭਈ ਉਹਨੇ ਪੁੱਛਿਆ ਵੀ ਕੀ ਵਜ੍ਹਾ ਕੋ ਤੁਹਾਨੂੰ ਕੀ ਪਛਾਣ ਵੀ ਕੀ ਵਜ੍ਹਾ ਤੁਹ ਨਹੀਂ ਉਹਨਾਂ ਆਖਿਆ ਜੀ ਅਸੀਂ ਆਪਣਾ ਮਤ ਤਸਦੀਕ ਕੀਤੀ ਹੋਈ ਕਿ ਸਾਡੀ ਕਿਤਾਬਾਂ ਚ ਵੀ ਲਿਖਿਆ ਹੈ ਕਿ ਉਹ ਆਵੇਗਾ ਤਾਂ ਦੀ ਕਪੜਿਆਂ ਨੂੰ 14 ਟਾਂਕੇ ਲੱਗੇ ਹੋਣਗੇ ਤੁਹਾਡੇ ਕਪੜਿਆਂ ਨੂੰ 12 ਲੱਗੇ ਹੋਏ ਨੇ ਦੋ ਟਾਂਕੇ ਨਹੀਂ ਅਗੇ ਇਸ ਲਈ ਤੁਸੀਂ ਨਹੀਂ ਉਸ ਵਕਤ ਅਦਤੁਮਰ ਨੇ ਇਸ ਤਰ੍ਹਾਂ ਆਪਣੇ ਬਾਜ਼ੂ ਦੋਵੇਂ ਉਠਾਏ ਤੇ ਇੱਕ ਟਾਂਕਾ ਇੱਧਰ ਲੱਗਿਆ ਕ ਇੱਧਰ ਲੱਗਿਆ ਉਹਨਾਂ ਕ ਲਾਜ ਪੂਰਾ ਕਰ ਲੋ 14 ਉਹਨਾਂ ਨਾਲ ਮੁਲਾਕਾਤ ਹੋਈ ਦੁਬਲੀ ਕੀਤੀ ਉਹਨਾਂ ਨੇ ਮਤਲਬ ਇਸਲਾਮ ਲੈ ਲਿਆ ਅਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਵਾਕਿਆਤ ਅਦਤੁਮਰ ਰਜ਼ੀਅੱਲਾ ਤਾਲਾ ਨੂੰ ਜਿੰਨੀ ਜ਼ਿੰਦਗੀ guzari ਇਸਲਾਮ ਦੀ ਸਰਬੁਲੰਧੀਆਂ ਹਾਸਤੇ ਆਪਣੇ ਆਪ ਨੂੰ ਵਕਫ ਕਰਤਾ ਜੋ ਚਾਹਦੇ ਕਰ ਸਕਦੇ ਲੇਕਿਨ ਕਦੀ ਕੀਤਾ ਨਾ चले उस तरह के जिस तरह आप सल वसलम का फरमान सी से जिस तरह अजर तबू बकर सदीक ने पहला खिलाफत साल गुजारे उस नो भी अच्छी खिलाफत करके ग्यारह साल की खिलाफत अजत उम्र रजी अल्लाह तला ने की थी, और बाकमाल की थी। जी दोस्तों इस तरह इंशाला अगली दफा मिलने हैं बाकी साहबा कर राम दिशान मतलब जिन्ना हो सके इन शू तफसीलोह करा असलम